ਕੈਨੇਡੀਅਨ ਸਰਕਾਰ ਨੇ ਯੂਕੇ ਦੇ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਉੱਥੇ ਉਹਦੇ ਲਈ ਆਪਣੀ ਟਰੈਵਲ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਹੈ। ਪਿਛਲੇ ਹਫ਼ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵਿਚਕਾਰ ਹੋਈਆਂ ਹਿੰਸਕ ਝੜਪਾਂ ਦਾ ਜ਼ਿਕਰ ਕਰਦਿਆਂ ਐਡਵਾਈਜ਼ਰੀ ਦੇ ਵਿੱਚ ਸੈਲਾਨੀਆਂ ਨੂੰ ਯੂਕੇ ਦੇ ਵਿੱਚ ਉੱਚ ਪੱਧਰੀ ਸਾਵਧਾਨੀ ਵਰਤਣ ਦੇ ਲਈ ਆਖਿਆ ਗਿਆ ਹੈ। ਟਰੈਵਲ ਐਡਵਾਈਜ਼ਰੀ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਵੀ ਕਿਸੇ ਵੀ ਸਮੇਂ ਹਿੰਸਕ ਹੋ ਸਕਦੇ ਨੇ ਅਤੇ ਹਾਲਾਤ ਤੇਜ਼ੀ ਦੇ ਨਾਲ ਵਿਗੜ ਸਕਦੇ ਨੇ। ਹਿੰਸਕ ਪ੍ਰਦਰਸ਼ਨ ਕਾਫ਼ੀ ਹੱਦ ਤੱਕ ਸੋਸ਼ਲ ਮੀਡੀਆ ਦੇ ਉੱਤੇ ਗਲਤ ਜਾਣਕਾਰੀ ਕਰਕੇ ਫੈਲੇ ਨੇ। ਦਰਅਸਲ ਪਿਛਲੇ ਮਹੀਨੇ ਬ੍ਰਿਟੇਨ ਦੇ ਸਾਊਥ ਪੋਰਟ ਦੇ ਵਿੱਚ ਇੱਕ ਚਾਕੂ ਹਮਲੇ ਦੀ ਘਟਨਾ ਦੇ ਵਿੱਚ 3 ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਚਾਕੂ ਹਮਲੇ ਦੇ ਮਾਮਲੇ ਵਿੱਚ ਇਹ ਗਲਤ ਅਫਵਾਹ ਫੈਲੀ ਸੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਇੱਕ ਸ਼ਰਨਾਰਥੀ ਮੁਸਲਮਾਨ ਸੀ। ਇਸ ਤੋਂ ਬਾਅਦ ਇਮੀਗ੍ਰੇਸ਼ਨ ਵਿਰੋਧੀ ਮੁਜ਼ਾਹਰੇ ਸ਼ੁਰੂ ਹੋ ਗਏ ਅਤੇ ਪੁਲਿਸ ਮੁਤਾਬਕ ਸ਼ੱਕੀ ਬ੍ਰਿਟੇਨ ਦਾ ਹੀ ਜੰਮ ਪਲ ਹੈ ਅਤੇ ਇਹ ਘਟਨਾ ਇੱਕ ਅੱਤਵਾਦੀ ਕਾਰਾ ਨਹੀਂ ਸੀ। ਇਹ ਗਲਤ ਜਾਣਕਾਰੀ ਤੋਂ ਬਾਅਦ ਯੂਕੇ ਦੇ ਵਿੱਚ ਮੁਸਲਮਾਨਾਂ ਅਤੇ ਪਨਾਹਗਰਾਂ ਦੇ ਖਿਲਾਫ਼ ਫੈਲ ਰਹੇ ਜ਼ਹਿਰ ਨੂੰ ਰੋਕਣ ਦੇ ਲਈ ਅਦਾਲਤ ਨੇ 17 ਸਾਲ ਦੇ ਸ਼ੱਕੀ ਦਾ ਨਾਮ ਵੀ ਨਸ਼ਰ ਕੀਤਾ ਹੈ ਅਤੇ ਦੰਗੇ ਅਤੇ ਹਿੰਸਕ ਜਿਹੜੀਆਂ ਕਾਰਵਾਈਆਂ ਉਹ ਜਾਰੀ ਨੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਇਸ ਹਫ਼ਤੇ ਕਿਹਾ ਸੀ ਕਿ ਮੁਲਕ ਵਿੱਚ ਫੈਲੇ ਦੰਗਿਆਂ ਦੇ ਨਾਲ ਨਜਿੱਠਣ ਦੇ ਲਈ ਉਹ ਵਿਸ਼ੇਸ਼ ਪੁਲਿਸ ਇੰਤਜ਼ਾਮ ਕਰਨਗੇ ਅਤੇ ਨਿਆਂ ਪ੍ਰਣਾਲੀ ਨੂੰ ਵੀ ਤੇਜ਼ ਕੀਤਾ ਜਾਏਗਾ। ਸਿਹਤ ਮੰਤਰੀ ਮਾਰਕ ਹਾਲੈਂਡ ਦਾ ਕਹਿਣਾ ਹੈ ਕਿ ਉਹਨਾਂ ਨੇ ਦੰਦਾਂ ਦੇ ਡਾਕਟਰਾਂ ਦੀ ਗਿਣਤੀ ਦੇ ਵਿੱਚ ਭਾਰੀ ਵਾਧਾ ਦੇਖਿਆ ਹੈ ਜੋ ਡੈਂਟਲ ਕੇਅਰ ਪ੍ਰੋਗਰਾਮ ਦੇ ਤਹਿਤ ਆਪਣੀਆਂ ਸੇਵਾਵਾਂ ਦੇਣ ਦੇ ਲਈ ਤਿਆਰ ਨੇ। ਸਰਕਾਰ ਨੇ ਜਦੋਂ ਤੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਅਪਾਹਜਾਂ ਦੇ ਟੈਕਸ ਕ੍ਰੈਡਿਟ ਵਾਲੇ ਲੋਕਾਂ ਦੇ ਲਈ ਯੋਗਤਾ ਦਾ ਵਿਸਥਾਰ ਕੀਤਾ ਹੈ। ਉਦੋਂ ਤੋਂ ਹੀ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਡੈਂਟਲ ਕੇਅਰ ਪ੍ਰੋਗਰਾਮ ਦੇ ਤਹਿਤ ਸਾਰਿਆਂ ਨੂੰ ਸਹੀ ਸਮੇਂ ਦੇ ਉੱਤੇ ਸੇਵਾਵਾਂ ਵੀ ਪ੍ਰਾਪਤ ਹੋ ਸਕਣ ਅਤੇ ਵੱਧ ਤੋਂ ਵੱਧ ਡੈਂਟਲ ਕੇਅਰ ਸਪੈਸ਼ਲਿਸਟ ਵੀ ਪ੍ਰੋਵਾਈਡ ਹੋਣ। ਸਿਹਤ ਮੰਤਰੀ ਮਾਰਕ ਹਾਲੈਂਡ ਦਾ ਕਹਿਣਾ ਹੈ ਕਿ ਉਹਨਾਂ ਨੇ ਦੰਦਾਂ ਦੇ ਡਾਕਟਰਾਂ ਦੀ ਗਿਣਤੀ ਦੇ ਵਿੱਚ ਵੱਡਾ ਉਛਾਲ ਦੇਖਿਆ ਜੋ ਨਵੇਂ ਦੰਦਾਂ ਦੀ ਦੇਖਭਾਲ ਪ੍ਰੋਗਰਾਮ ਦੇ ਤਹਿਤ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਸਹਿਮਤ ਹੋਏ ਨੇ। ਸਰਕਾਰ ਨੇ ਮਈ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਦਾਖਲ ਹੋਏ ਬਜ਼ੁਰਗਾਂ ਦੇ ਲਈ ਦੰਦਾਂ ਦੀਆਂ ਸੇਵਾਵਾਂ ਦੇ ਲਈ ਦਾਅਵਿਆਂ ਨੂੰ ਸਵੀਕਾਰ ਕਰਨਾ ਸ਼ੁਰੂ ਕੀਤਾ ਅਤੇ ਉਦੋਂ ਤੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਅਪਾਹਜਤਾ ਟੈਕਸ ਕ੍ਰੈਡਿਟ ਵਾਲੇ ਲੋਕਾਂ ਲਈ ਯੋਗਤਾ ਦਾ ਵੀ ਵਿਸਥਾਰ ਕੀਤਾ ਹੈ। ਜਦੋਂ ਕਿ ਲਗਭਗ 2.3 ਮਿਲੀਅਨ ਮਰੀਜ਼ ਦਾਖਲਾ ਲੈਣ ਲਈ ਤੇਜ਼ ਹੋ ਗਏ ਨੇ। ਦੇਖਭਾਲ ਪ੍ਰਦਾਨ ਕਰਨ ਦੇ ਲਈ ਦੰਦਾਂ ਦੇ ਡਾਕਟਰਾਂ ਨੂੰ ਪ੍ਰਾਪਤ ਕਰਨਾ ਵਧੇਰੇ ਚੁਣੌਤੀਪੂਰਨ ਰਿਹਾ ਹੈ। ਪਿਛਲੇ ਮਹੀਨੇ ਤੱਕ ਪ੍ਰੋਗਰਾਮ ਦੇ ਤਹਿਤ ਦੇਖਭਾਲ ਪ੍ਰੋਵਾਈਡ ਕਰਨ ਦੀ ਲਗਭਗ 11,500 ਦੰਦਾਂ ਦੇ ਡਾਕਟਰ, ਹਾਈਜੀਨਿਸਟ ਅਤੇ ਦੰਦਾਂ ਦੇ ਡਾਕਟਰ ਰਜਿਸਟਰ ਕੀਤੇ ਗਏ ਸਨ ਜੋ ਕਿ ਕੈਨੇਡਾ ਦੇ ਵਿੱਚ ਦੰਦਾਂ ਦੇ ਪੇਸ਼ੇਵਰਾਂ ਦੇ 50% ਤੋਂ ਘੱਟ ਦੀ ਨੁਮਾਇੰਦਗੀ ਕਰਦੇ ਨੇ। ਦੰਦਾਂ ਦੇ ਡਾਕਟਰ ਦੂਜੇ ਪ੍ਰੋਵਾਈਡਰਾਂ ਦੇ ਨਾਲੋਂ ਦਾਖਲਾ ਲੈਣ ਲਈ ਵਧੇਰੇ ਸੰਜੀਦਾ ਦਿਖਾਈ ਦਿੱਤੇ ਕਿਉਂਕਿ ਦੇਸ਼ ਭਰ ਦੇ ਵਿੱਚ ਦੰਦਾਂ ਦੀਆਂ ਐਸੋਸੀਏਸ਼ਨਾਂ ਨੇ ਪ੍ਰੋਗਰਾਮ ਦੇ ਡਿਜ਼ਾਈਨ ਅਤੇ ਦੰਦਾਂ ਦੇ ਡਾਕਟਰਾਂ ਅਤੇ ਪ੍ਰਸ਼ਾਸਨਿਕ ਬੋਝ ਬਾਰੇ ਚਿੰਤਾਵਾਂ ਪ੍ਰਗਟਾਈਆਂ। ਹਾਲੈਂਡ ਦਾ ਕਹਿਣਾ ਹੈ ਕਿ ਹੁਣ 16,612 ਦੰਦਾਂ ਦੇ ਡਾਕਟਰ ਹਿੱਸਾ ਲੈ ਰਹੇ ਨੇ ਜੋ ਕਿ ਕੈਨੇਡਾ ਦੇ ਸਾਰੇ ਦੰਦਾਂ ਦੇ ਡਾਕਟਰਾਂ ਅਤੇ ਦੰਦਾਂ ਦੇ ਮਾਹਰਾਂ ਦਾ ਲਗਭਗ 75% ਦਰਸਾਉਂਦਾ ਹੈ। ਭਾਗ ਲੈਣ ਲਈ ਸਾਈਨ ਅਪ ਕਰਨ ਵਾਲੇ ਪ੍ਰੋਵਾਈਡਰਾਂ ਅਤੇ ਅਪਟੇਕ ਦੇ ਨਾਲ ਪਿਛਲੇ ਮਹੀਨੇ ਤੋਂ ਸਾਹਮਣੇ ਦਾ ਦਰਵਾਜ਼ਾ ਬੰਦ ਹੋ ਗਿਆ। ਬੁੱਧਵਾਰ ਦੀ ਸਵੇਰ ਨੂੰ ਹਾਲੈਂਡ ਨੂੰ ਪ੍ਰਗਤੀ ਦਾ ਐਲਾਨ ਕਰਨ ਦੇ ਲਈ ਡੈਂਟਲ ਆਫਿਸ ਡਾਊਨਟਾਊਨ ਓਟਵਾ ਵਿਖੇ ਇੱਕ ਕਾਨਫਰੰਸ ਕਰਨ ਲਈ ਸੱਦਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਵਾਧਾ ਸ਼ਾਇਦ ਪਿਛਲੇ ਮਹੀਨੇ ਇੱਕ ਤਬਦੀਲੀ ਲਈ ਧੰਨਵਾਦ ਹੈ ਜਿਸ ਨੇ ਪ੍ਰੋਵਾਈਡਰਾਂ ਨੂੰ ਪਹਿਲਾਂ ਤੋਂ ਰਜਿਸਟਰ ਕਰਨ ਦੀ ਬਜਾਏ ਦਾਅਵੇ ਦੇ ਆਧਾਰ 'ਤੇ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ। ਇਹ ਪ੍ਰੋਗਰਾਮ ਮੁੱਖ ਤਰਜੀਹਾਂ ਦੇ ਤਰੱਕੀ ਦੇ ਬਦਲੇ ਛੇਤੀ ਚੋਣਾਂ ਨੂੰ ਰੋਕਣ ਲਈ ਲਿਬਰਲਾਂ ਅਤੇ NDP ਦੇ ਵਿਚਕਾਰ ਸੌਦੇਬਾਜ਼ੀ ਤੋਂ ਪੈਦਾ ਹੋਇਆ ਸੀ। ਦੋਵਾਂ ਧਿਰਾਂ ਦਾ ਟੀਚਾ $90,000 ਤੋਂ ਘੱਟ ਦੀ ਘਰੇਲੂ ਆਮਦਨ ਵਾਲੇ ਕਿਸੇ ਵੀ ਬੀਮਾ ਰਹਿਤ ਲੋਕਾਂ ਨੂੰ
2025 ਵਿੱਚ ਪੂਰੀ ਦਾਖਲਾ ਯੋਗਤਾ ਦੇ ਨਾਲ ਕਵਰੇਜ ਉਪਲਬਧ ਕਰਵਾਉਣਾ ਹੈ। ਹਾਲੈਂਡ ਨੇ ਕਿਹਾ ਹੈ ਕਿ ਦੇਸ਼ ਦੇ ਕੁਝ ਅਜਿਹੇ ਹਿੱਸੇ ਹਨ ਜਿੱਥੇ ਪ੍ਰੋਵਾਈਡਰਾਂ ਦੀ ਭਾਗੀਦਾਰੀ ਪਛੜ ਰਹੀ ਹੈ, ਜਿਸ ਵਿੱਚ ਐਲਬਰਟਾ ਅਤੇ ਨਿਊ ਬ੍ਰੰਸਵਿਕ ਵੀ ਸ਼ਾਮਿਲ ਹੈ। ਉਹਨਾਂ ਕਿਹਾ ਕਿ ਇਹ ਚੁਣੌਤੀ ਪੇਂਡੂ ਖੇਤਰਾਂ ਦੇ ਵਿੱਚ ਖਾਸ ਤੌਰ 'ਤੇ ਗੰਭੀਰ ਹੈ, ਜੋ ਪਹਿਲਾਂ ਹੀ ਘੱਟ ਹੈ। ਜੇਕਰ ਪ੍ਰੋਗਰਾਮ ਨੂੰ ਸਫਲ ਹੋਣਾ ਕਰਨਾ ਹੈ ਤਾਂ ਸਰਕਾਰ ਨੂੰ ਸਿਰਫ ਸਾਰੇ ਮੌਜੂਦਾ ਪ੍ਰੋਵਾਈਡਰਾਂ ਦੀ ਸਾਈਨਅਪ ਕਰਨ ਦੇ ਲਈ ਤਿਆਰ ਰਹਿਣ ਦੀ ਲੋੜ ਨਹੀਂ ਹੈ। ਆਟੋਆ ਨੂੰ ਉਮੀਦ ਹੈ ਕਿ ਅਗਲੇ ਸਾਲ ਦੇ ਅੰਤ ਤੋਂ ਪਹਿਲਾਂ ਪ੍ਰੋਗਰਾਮ ਲਈ ਯੋਗ ਹੋ ਜਾਣ ਦੀ ਉਮੀਦ ਹੈ ਕਿ 9 ਮਿਲੀਅਨ ਜਾਂ ਇਸ ਤੋਂ ਵੱਧ ਮਰੀਜ਼ਾਂ ਦੀ ਸੇਵਾ ਕਰਨ ਦੇ ਲਈ ਹੋਰ ਪੇਸ਼ੇਵਰਾਂ ਦੀ ਵੀ ਲੋੜ ਪਵੇਗੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।